ਆਲੂ ਆਪਾਂ ਬੋਇਲ ਕੀਤੇ ਹੋਏ ਨੇ ਦੇਖੋ ਜੀ, ਆਹ ਹੈਗੀ ਜੀ ਮੇਨ ਚੀਜ਼, ਇਹ ਪਾਉਣੀ ਬਹੁਤ ਜ਼ਰੂਰੀ ਹੈ। ਲਾਲ ਮਿਰਚ ਆ ਗਈ, ਇਹਨਾਂ ਨੂੰ ਟੇਸਟ ਬਣਾ ਦੇਣਾ ਇਹਨਾਂ ਦਾ ਜੀ। ਲਓ ਜੀ ਰੈਡੀ ਹੋ ਗਏ ਨੇ ਆਪਣੇ ਕੁਲਚੇ। ਹੈਂ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅੱਜ ਛੁੱਟੀ ਹੈ ਬੱਚਿਆਂ ਨੂੰ ਵੀ, ਅਤੇ ਵੈਸੇ ਆਪਾਂ ਤਾਂ ਚਲੋ ਘਰੇ ਹੀ ਹੁੰਦੇ ਹਾਂ, ਅਤੇ ਵਧੀਆ ਜਿਹਾ ਮੈਂ ਕਿਹਾ ਘੈਂਟ ਜੀ ਕੋਈ ਚੀਜ਼ ਖਾਣ ਲਈ ਬਣਾਉਂਦੇ ਹਾਂ। ਅਤੇ ਦੱਸੋ ਬੱਚੋ ਕੀ ਖਾਣਾ ਆਪਾਂ ਅੱਜ, ਕੀ ਬਣਾਉਣ ਲੱਗੇ ਹਾਂ? ਇੱਕ ਕਹਿੰਦਾ ਟੁਲਚਾ, ਇੱਕ ਕਹਿੰਦਾ ਕੁਲਚਾ। ਸੋ ਬਣਾਉਂਦੇ ਹਾਂ ਜੀ, ਅਤੇ ਨਾਲ ਨਾਲ ਸਾਰੀ ਤੁਹਾਨੂੰ ਰੈਸਪੀ ਵੀ ਦੱਸਾਂਗੇ, ਅਤੇ ਨਾਲ ਨਾਲ ਕਰਦੇ ਹਾਂ ਗੱਲਾਂ ਬਾਤਾਂ। ਆਓ ਜੀ ਕਰਦੇ ਹਾਂ ਤਿਆਰ। ਲਓ ਜੀ ਆਹ ਆ ਗਿਆ ਸਮਾਨ ਜੀ ਆਪਣਾ ਜਿਹਦੇ ਨਾਲ ਬਣਾਉਣੇ ਨੇ। ਇਹ ਹੈਗੇ ਪਟਿਆਲੇ ਦੇ ਮਸ਼ਹੂਰ ਕੁਲਚੇ, ਆਲੂ ਆਪਾਂ ਬੋਇਲ ਕੀਤੇ ਹੋਏ ਨੇ ਦੇਖੋ ਜੀ, ਇਹ ਆਲੂ ਬੋਇਲ ਹੋ ਚੁੱਕੇ ਨੇ। ਅਤੇ ਉਸ ਤੋਂ ਬਾਅਦ ਆ ਗਿਆ ਜੀ ਪਨੀਰ, ਇਹ ਵੀ ਵਿੱਚ ਐਡ ਕਰਾਂਗੇ। ਡਿਲੀਸ਼ੀਅਸ ਦਾ ਮੱਖਣ ਲੈ ਲਿਆ, ਅਤੇ ਆਹ ਪਾਵਾਂਗੇ ਪਿਆਜ਼, ਹਰੀਆਂ ਮਿਰਚਾਂ, ਅਤੇ ਆਹ ਨੇ ਜੀ ਕੁਲਚੇ, ਤੁਸੀਂ ਚੈੱਕ ਕਰੋ ਡਬਲ ਰੋਟੀਆਂ। ਇਹ 2 ਪੀਸ ਨੇ, ਅਤੇ ਇਹਨੂੰ ਆਪਾਂ ਹੁਣ ਵਿੱਚੋਂ ਕੱਟ ਦਾਂਗੇ, ਅਤੇ ਮੁੜ ਕੇ ਇਹਦੇ ਵਿੱਚ ਸਟਫਿੰਗ ਕਰਾਂਗੇ ਆਲੂ ਦੀ। ਸਭ ਤੋਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਦੇ, ਜਿਹਦੇ ਵਿੱਚ ਮਤਲਬ ਆਲੂਆਂ ਦਾ ਜਿਹੜਾ ਮਸਾਲਾ ਆਪਾਂ ਭਰਨਾ ਜੀ। ਦੇਖੀ ਜਾਓ ਤੁਸੀਂ ਸਾਰਾ ਪ੍ਰੋਸੈਸ ਜੀ, ਆ ਰਹੀ ਆਪਣੀ ਲੂਣਦਾਨੀ ਜਿਹ 'ਚ ਸਾਰਾ ਸਮਾਨ ਹੈ। ਲਓ ਜੀ ਸਭ ਤੋਂ ਪਹਿਲਾਂ ਸਟੈਪ ਹੈਗਾ ਆਪਣਾ ਆਲੂਆਂ ਨੂੰ ਮੈਸ਼ ਕਰਨਾ, ਅਤੇ ਆਲੂ ਆਪਾਂ ਪਾਲੇ ਨੇ ਜਿੰਨੇ ਕੁ ਆਪਾਂ ਨੂੰ ਲੋੜ ਹੈ, ਸਾਰੇ ਨਹੀਂ ਪਾਵਾਂਗੇ, ਬਸ ਆਪਾਂ ਨੂੰ ਪਤਾ ਆਪਣਾ ਇੰਨਾ ਕੁ 'ਚ ਆਲੂਆਂ 'ਚ ਸਰ ਜੂਗਾ। ਜੇ ਲੋੜ ਹੋਈ ਤਾਂ ਆਪਾਂ ਹੋਰ ਵੀ ਬਣਾ ਲਾਂਗੇ, ਵੈਸੇ ਤਾਂ 2-4 ਹੋਰ ਪਾ ਲੈਂਦੇ ਕਿਉਂਕਿ ਘਟੇ ਨਾ, ਹੁਣ ਤਾਂ ਹੈਗਾ ਜੀ ਆਪਣੇ ਕੋਲ ਹੱਲ, ਇੰਨੇ ਕੁ ਆਪਾਂ ਰੱਖ ਲੈਂਦੇ ਹਾਂ ਅੱਡ, ਜੇ ਲੋੜ ਪਈ ਦੁਬਾਰੇ ਬਣਾ ਲਾਂਗੇ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਫਿਰ ਆਪਾਂ ਮੈਸ਼ ਕਰ ਲੈਣਾ। ਮੈਸ਼ ਕਰਕੇ ਫਿਰ ਆਪਾਂ ਇਹਨਾਂ 'ਚ ਜਿਹੜਾ ਸਾਰਾ ਜੋ ਵੀ ਮਸਾਲੇ ਤੁਹਾਨੂੰ ਖਾਊਂਗਾ ਕੀ ਕੀ ਰਲਾਉਣਾ ਜੀ, ਅਤੇ ਪਹਿਲਾਂ ਮੈਸ਼ ਕਰੀਏ ਜੀ। ਲਓ ਜੀ ਐਵੇਂ ਕਰਦੇ ਨੇ ਮੈਸ਼ ਆਪਾਂ, ਜ਼ੋਰ ਲੈ ਰਹੇ ਨੇ ਕਿਉਂਕਿ ਥੋੜ੍ਹਾ ਚਿਰ ਹੋ ਗਿਆ ਇਹਨਾਂ ਨੂੰ ਉਬਾਲਿਆਂ ਨੂੰ, ਅਤੇ ਥੋੜ੍ਹੇ ਜਿਹੇ ਸਖਤ ਵੀ ਹੋ ਜਾਂਦੇ ਨੇ ਪਰ ਵਧੀਆ ਨੇ, ਠੰਡੇ ਕਰਕੇ ਨਾ ਥੋੜ੍ਹੇ ਜਿਹੇ ਬਣਾਉਣਾ ਚਾਹੀਦਾ, ਫਿਰ ਆਲੂਆਂ ਦਾ ਟੇਸਟ ਵੀ ਵਧੀਆ ਰਹਿੰਦਾ ਜੀ। ਲਓ ਜੀ ਆਪਾਂ ਇੰਜ ਕਰਕੇ ਹੁਣ ਮੈਸ਼ ਕਰ ਲੈਣੇ, ਅਤੇ ਤੁਹਾਨੂੰ ਖਾਣਾ ਜੀ ਕਿਹੜੇ ਕਿਹੜੇ ਮਸਾਲੇ ਨੇ ਪੈਣੇ। ਲਓ ਜੀ, ਲਓ ਜੀ ਆਪਾਂ ਮਸਾਲੇ ਐਡ ਕਰਨ ਲੱਗੇ ਹਾਂ, ਪਰ ਮਸਾਲੇ ਐਡ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਜੀ ਵੀ ਜਿਹੜੇ ਆਪਾਂ ਕੁਲਚੇ ਬਣਾਉਣੇ ਹੁੰਦੇ ਨਾ ਜੀ, ਇਹ ਪਟਿਆਲੇ ਦੇ ਮਸ਼ਹੂਰ ਕੁਲਚੇ ਨੇ, ਸੋ ਇਹ ਇਹਨਾਂ ਦੇ ਵਿੱਚ ਕੋਈ ਜ਼ਿਆਦੀਆਂ ਇਹੋ ਜਿਹੀਆਂ ਚੀਜ਼ਾਂ ਨਹੀਂ ਆਪਾਂ ਪਾਉਣੀਆਂ, ਬਹੁਤ ਜ਼ਿਆਦਾ ਐਕਸੈਸਿਵ ਮਸਾਲੇ ਜ਼ਿਆਦਾ ਜਾਂ ਕੁਛ ਨਹੀਂ, ਇਹ ਬੜੇ ਸਿੰਪਲ ਜਿਹੇ ਤਰੀਕੇ ਨਾਲ ਬਣਦੇ ਨੇ, ਅਤੇ ਬੜੇ ਧਿਆਨ ਨਾਲ ਦੇਖ ਲਿਓ ਜੀ ਮਸਾਲੇ ਕਿਹੜੇ ਕਿਹੜੇ ਪੈਣੇ। ਆਹ ਲਓ ਜੀ ਆ ਗਿਆ ਨਮਕ, ਲਓ ਜੀ ਇਹ ਸਵਾਦ ਅਨੁਸਾਰ ਆਪਾਂ ਪਾ ਦੇਣਾ, ਕੋਈ ਘੱਟ ਖਾਂਦਾ ਕੋਈ ਵੱਧ ਪਾਉਂਦਾ ਜੀ ਖਾਂਦਾ ਜੀ, ਸੋ ਉਸ ਕਰਕੇ ਆਪਾਂ ਆਹ ਲਓ ਜੀ ਆਪਾਂ ਪਾ ਦਿਆ 2.5 ਚਮਚੇ ਨਮਕ ਪਾ ਤਾ ਜੀ, ਤਕਰੀਬਨ ਆਪਣੇ 1 ਕਿਲੋ ਆਲੂ ਸੀਗੇ ਜਿਹੜੇ ਆਪਾਂ ਉਬਾਲੇ ਸੀਗੇ। ਅਤੇ ਆ ਲਓ ਜੀ ਆ ਗਈ ਲਾਲ ਮਿਰਚ, ਮੇਨ 2 ਚੀਜ਼ਾਂ ਨਾਲ ਵੀ ਤੁਸੀਂ ਬਣਾ ਸਕਦੇ ਹੋ, ਲਾਲ ਮਿਰਚ ਆ ਗਈ, ਇਹਨਾਂ ਨੇ ਟੇਸਟ ਬਣਾ ਦੇਣਾ ਇਹਨਾਂ ਦਾ ਜੀ ਜਦੋਂ ਵਿੱਚ ਮੱਖਣ ਵਗੈਰਾ ਪੈ ਗਿਆ ਸਾਰਾ ਕੁਛ। ਅਤੇ ਲਓ ਜੀ ਲਾਲ ਮਿਰਚ ਆਪਾਂ ਪਾਤੀ ਹੈ, ਇੰਨੀ ਕੁ ਲਾਲ ਮਿਰਚ ਪਾਵਾਂਗੇ ਬਸ ਜੀ, ਇਹ 2 ਚੀਜ਼ਾਂ ਮੇਨ ਨੇ ਜੀ। ਹੁਣ ਇਸ ਤੋਂ ਬਾਅਦ ਜਿਹੜੀ ਤੀਜੀ ਇੱਕ ਚੀਜ਼ ਪਾਉਣੀ ਉਹ ਵੀ ਤੁਹਾਨੂੰ ਵਿਖਾਉਂਦਾ ਜੀ ਮੈਂ, ਆਹ ਹੈਗੀ ਜੀ ਮੇਨ ਚੀਜ਼, ਇਹ ਪਾਉਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਆਲੂ ਐਵੇਂ ਖੁਸ਼ਕ ਜਿਹੇ ਰਹਿ ਜਾਣਗੇ ਕੁਲਚੇ ਦੇ ਵਿੱਚ, ਤੁੰਨ ਕੇ ਪਾਉਣੇ ਪੈਣਗੇ ਜਦੋਂ ਆਪਾਂ ਵਿੱਚ ਕੁਲਚੇ ਨੂੰ ਕੱਟ ਕਰਕੇ ਪਾੜ ਕੇ ਕੁਲਚੇ ਦੀ ਡਬਲ ਰੋਟੀ ਜਿਹੜੀ ਹੈ ਬੰਨ 'ਚ ਪਾਵਾਂਗੇ। ਅਤੇ ਆਹ ਦੇਖੋ ਇਹ ਹੈਗਾ ਜੀ ਇਮਲੀ ਦਾ ਪਾਣੀ, ਇਮਲੀ ਤਕਰੀਬਨ ਆਪਾਂ ਲਈ ਹੈ ਜੀ 200 ਗ੍ਰਾਮ ਇਮਲੀ ਹੈ, ਅਤੇ ਉਹਨੂੰ ਪਾਣੀ 'ਚ ਡੁਬੋ ਕੇ ਰੱਖਿਆ ਥੋੜ੍ਹਾ ਚਿਰ, ਅਤੇ ਇਹ ਪਾਣੀ ਉਹਦਾ ਆਪਾਂ ਮੁੜ ਕੇ ਪਲਪ ਜਿਹੜਾ ਉਹ ਪਾਸੇ ਕੱਢ ਕੇ ਪਾਣੀ ਪੁਣ ਕੇ ਇਹ ਵਿੱਚ ਆਲੂਆਂ ਦਾ ਜ਼ਰੂਰ ਪਾਉਣਾ। ਲਓ ਜੀ ਆਪਾਂ ਪਾ ਦੇਣ ਲੱਗੇ ਹਾਂ ਆਲੂ ਜੀ, ਇਹ ਪਾਣੀ ਪਾ ਕੇ ਫਿਰ ਆਪਾਂ ਮੈਸ਼ ਕਰਨਾ ਜੀ, ਨਾਲੇ ਆਲੂ ਇਹਦੇ ਨਾਲ ਪਤਲੇ ਹੋ ਜਾਣਗੇ ਵਿੱਚ ਕੁਲਚੇ ਦੇ ਪਾਉਣੇ ਦੇ, ਈਜ਼ੀ ਰਹਿਣਗੇ, ਅਤੇ ਟੇਸਟ ਵੀ ਇਹਦੇ ਨਾਲ ਬਣਨਾ ਜੀ ਇਮਲੀ ਦੇ ਪਾਣੀ ਨਾਲ। ਆ ਰਿਹਾ ਜੀ ਪਿਆਜ਼ ਕੱਟਿਆ, ਥੋੜ੍ਹਾ ਜਿਹਾ ਪਿਆਜ਼ ਪਾਵਾਂਗੇ ਜੀ, ਆ ਲਓ ਇਹ ਪਿਆਜ਼ ਪਾਉਣ ਨਾਲ ਹੀ ਟੇਸਟ ਬਣਦਾ ਜੀ ਬਹੁਤ ਜ਼ਿਆਦਾ, ਇਹਦਾ ਪਿਆਜ਼ ਆ ਗਿਆ ਜੀ, ਇਹ ਚੀਜ਼ਾਂ ਆ ਗਈਆਂ। ਮਿਰਚ ਆਪਾਂ ਕੱਟ ਕੇ ਰੱਖੀਏ, ਪਰ ਜੇ ਇਹ ਹੈਗੀ ਹੈ ਜੀ ਜੇ ਕਿਸੇ ਨੇ ਪਾਉਣੀ ਆ ਤਾਂ ਪਾ ਸਕਦਾ, ਜੇ ਕਿਸੇ ਨੇ ਛੱਡਣੀ ਆ ਛੱਡ ਸਕਦਾ, ਕਿਉਂਕਿ ਮਿਰਚ ਕਿਸੇ ਨੂੰ ਜ਼ਿਆਦਾ ਲੱਗਦੀ ਕਿਸੇ ਨੂੰ ਕੱਟ, ਵੈਸੇ ਆਪਾਂ ਕੱਟ ਕੇ ਰੱਖਣੀਆਂ ਨੇ ਜੀ। ਠੀਕ ਹੈ ਜੀ,
ਤੇ ਉਹ ਨਮਕ ਪਾਉਣ ਤੋਂ ਬਾਅਦ ਆਪਾਂ ਥੋੜਾ ਜਿਹਾ ਆਂਵਲਾ ਨਮਕ ਵੀ ਪਾਉਣਾ ਜੀ ਨਾਲ, ਇਹਦੇ ਨਾਲ ਟੇਸਟ ਬਹੁਤ ਵਧੀਆ ਬਣੇਗਾ। ਇਹ ਹੈਗਾ ਜੀ ਜਿਹਨੂੰ ਸਿੰਧਾ ਨਮਕ ਵੀ ਕਹਿ ਦਿੰਦੇ ਆ, ਗੁਲਾਬੀ ਜਾਂ ਨਮਕ ਜਿਹੜਾ ਹੁੰਦਾ, ਇਹ ਪਾਉਣਾ ਜੀ ਥੋੜਾ ਜਿਹਾ। ਇਹ ਤੁਸੀਂ ਆਪਦੇ ਟੇਸਟ ਅਨੁਸਾਰ ਪਾ ਸਕਦੇ ਹੋ, ਸਾਡੇ ਵਾਲਾ ਤਾਂ ਜੰਮ ਕੇ ਭਾੜ ਬਣਿਆ ਪਿਆ ਜੀ। ਇਹ ਆਪਾਂ ਪਾਉਂਦੇ ਹਾਂ ਜੀ। ਲਓ ਜੀ, ਆਪਾਂ ਹਰ ਇੱਕ ਚੀਜ਼ ਨੂੰ ਮੈਚਰ ਨਾਲ ਹੀ ਮੈਚ ਕਰ ਸਕਦੇ, ਇਹ ਆਪਾਂ ਨੂੰ ਹੱਥ ਯੂਜ਼ ਕਰਨਾ ਪੈਣਾ, ਅਤੇ ਹੱਥ ਚੰਗੀ ਤਰ੍ਹਾਂ ਧੋ ਕੇ ਆਪਣੇ, ਤਾਂ ਜੋ ਹਾਈਜੀਨ ਦਾ ਖਿਆਲ ਰਹੇ। ਅਤੇ ਆਪਾਂ ਹੁਣ ਇਹਨੂੰ ਮਤਲਬ ਸਾਰੇ ਨੂੰ ਘੋਲਣਾ ਜੀ, ਆਹ ਦੇਖੋ ਐਂ ਕਰਕੇ ਚੰਗੀ ਤਰ੍ਹਾਂ ਮੈਸ਼ ਕਰ ਲੈਣਾ। ਜਿਹੜੇ ਕੋਈ ਆਲੂ ਮੋਟੇ ਹੋਏ ਉਹਨਾਂ ਨੂੰ ਚੰਗੀ ਤਰ੍ਹਾਂ ਨੱਪ ਲੈਣਾ ਜੀ। ਸਾਰਾ ਜਿਹੜਾ ਆਪਾਂ ਮਿਸ਼ਰਣ ਜਿਹੜਾ ਬਣਾਇਆ ਜੀ ਵਿੱਚ, ਇਹਦੇ ਇਮਲੀ ਆ ਗਈ, ਨਮਕ ਆ ਗਿਆ, ਸਿੰਪਲ ਵਾਈਟ ਸਾਲਟ ਆ ਗਿਆ, ਚਿੱਟਾ ਲੂਣ ਆ ਗਿਆ ਜੀ, ਅਤੇ ਲਾਲ ਮਿਰਚ ਆ ਗਈ। ਆ ਲਓ ਜੀ, ਇਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਐਨ ਆਪਾਂ ਬਣਾ ਦੇਣਾ ਜੀ। ਆਹ ਚੈੱਕ ਕਰੋ ਜੀ, ਜਿਹੜਾ ਆਪਾਂ ਵਿੱਚ ਫਿਲਿੰਗ ਕਰਨੀ ਹੈ ਕੁਲਚੇ ਦੇ, ਉਹ ਤਾਂ ਹੋ ਗਈ ਰੈਡੀ। ਠੀਕ ਹੈ ਜੀ, ਇਮਲੀ ਪਾਈ ਹੈ, ਦੁਬਾਰੇ ਦੱਸਦੀ ਤੁਹਾਨੂੰ, ਵਾਈਟ ਨਮਕ ਪਾਇਆ, ਸੇਂਦਾ ਨਮਕ ਜਿਹੜਾ ਪਾਇਆ ਜੀ, ਲਾਲ ਮਿਰਚ ਪਾਈ ਹੈ, ਇਮਲੀ ਦਾ ਪਾਣੀ ਜਿਵੇਂ ਤੁਹਾਨੂੰ ਦੱਸਿਆ, ਅਤੇ ਆਲੂ ਤਾਂ ਹੈ ਹੀ ਨਹੀਂ ਜੀ। ਸੋ ਆ ਰਹੇ ਜੀ ਕੁਲਚੇ, ਹੁਣ ਮੈਂ ਤੁਹਾਨੂੰ ਖਾਣਾ ਜੀ ਕੱਟ ਕੇ ਕਿਵੇਂ, ਕਿਉਂਕਿ ਸਾਡੇ ਪਟਿਆਲੇ ਦੇ ਵਿੱਚ ਤਾਂ ਬਹੁਤ ਮਸ਼ਹੂਰ ਨੇ ਜੀ ਕੁਲਚੇ, ਬਹੁਤ ਖਾਂਦੇ ਨੇ ਸਾਰੇ ਜਣੇ। ਸੋ ਜਿਹੜੇ ਜਿਹੜੇ ਕੋਈ ਬਾਈ ਆਸੇ ਪਾਸੇ ਕੋਈ ਹੋਰ ਦੇਖ ਰਹੇ, ਮੈਂ ਕਿਹਾ ਚਲੋ ਜੇ ਤੁਹਾਡੇ ਵੀ ਉੱਧਰੋਂ ਏਰੀਓ 'ਚ ਇਹ ਡਬਲ ਰੋਟੀ ਦੂਜੀ ਵੀ ਚੱਲ ਸਕਦੀ ਹੈ ਵੈਸੇ, ਜੋ ਆਪਾਂ ਖਾਣਾ ਹੀ ਆ ਟੇਸਟ ਤਿਆਰ ਕਰਨਾ ਜੀ, ਅਤੇ ਆ ਲਓ ਜੀ ਕਰਕੇ ਦਿਖਾਉਂਦੇ ਹਾਂ ਤਿਆਰ ਤੁਹਾਨੂੰ। ਐਵੇਂ ਕਰਕੇ ਨਾ ਜੀ ਇਹਨੂੰ ਡਬਲ ਰੋਟੀ ਨੂੰ ਆਪਾਂ ਕੱਟ ਦੇਣਾ ਜੀ, ਇੱਥੋਂ ਫੜ ਕੇ ਦੋਵੇਂ ਪਾਸਿਓਂ, ਅਤੇ ਇਹ ਰੱਖਣਾ ਵੀ ਫਟੇ ਨਾ, ਸੈਂਟਰ 'ਚੋਂ ਕੱਟਣਾ ਜੀ, ਆ ਦੇਖੋ ਐਂ ਕਰਕੇ ਸੈਂਟਰ 'ਚੋਂ ਕੱਟ ਦੇਣੀ, ਸਾਰਾ ਨਹੀਂ ਕੱਟਣਾ। ਆ ਲਓ ਜੀ ਐਵੇਂ ਬਣਾ ਦੇਣਾ। ਸੋ ਡੈਟ ਕੀ ਇਹਦੇ ਵਿੱਚ, ਆ ਦੇਖੋ ਜੀ ਆਪਾਂ ਆਲੂ ਜਿਹੜੇ ਉਹ ਫਿੱਲ ਕਰ ਸਕੀਏ ਸਿਰੇ ਤੱਕ, ਆ ਦੇਖੋ ਸਿਰੇ ਤੱਕ ਬਣ ਗਈ ਜੀ। ਇਹ 'ਚ ਆਪਾਂ ਪਾਉਣੇ ਆ ਆਲੂ। ਸੋ ਇਸੇ ਤਰ੍ਹਾਂ ਸਾਰੀਆਂ ਕੱਟ ਲੈਣੀਆਂ ਆਪਣੇ ਕੋਲ, ਜਿੰਨੇ ਵੀ 7, 8, 10 ਬਣਾਉਣੇ ਆ ਜੀ। ਜਿਹੜਾ ਆਹ ਸਮਾਨ ਪਿਆ ਜੀ, ਤਕਰੀਬਨ 13-14 ਕੁਲਚੇ ਬਣ ਜਾਣਗੇ ਇਹਦੇ ਵਿੱਚ ਜੀ, ਕਿਲੋ ਆਲੂ ਦੇ। ਵੱਧ ਵੀ ਬਣਾ ਸਕਦੇ ਹਾਂ ਆਪਾਂ ਜੀ, ਜੇ ਘੱਟ ਆਲੂ ਪਾਵਾਂਗੇ ਤਾਂ ਕੁਲਚੇ ਵੱਧ ਬਣ ਜਾਣਗੇ। ਸੋ ਇਹ ਪ੍ਰੋਸੈਸ ਹੈ ਜੀ, ਹੁਣ ਆਪਾਂ ਤੁਹਾਨੂੰ ਫਿੱਲ ਕਰਕੇ ਵਿਖਾਉਂਦੇ ਹਾਂ ਜੀ। ਲਓ ਜੀ, ਕਈ ਤਾਂ ਫਿਲਿੰਗ ਇਸ ਤਰ੍ਹਾਂ ਹੀ ਭਰ ਦਿੰਦੇ ਨੇ, ਪਰ ਜਦੋਂ ਮੈਂ ਬਣਾਉਂਦਾ ਉਹਨਾਂ ਘਰੇ, ਮੈਂ ਕੀ ਕਰਦਾ ਜੀ, ਆਹ ਦੇਖੋ ਥੋੜ੍ਹਾ ਜਿਹਾ ਲੈ ਲਿਆ ਮੱਖਣ ਜੀ, ਇਹ ਆਪਾਂ 2 ਕੁਲਚਿਆਂ ਜੋਗਾ ਲੈ ਲਿਆ ਜੀ, 2 ਕੁਲਚਿਆਂ ਜੋਗਾ ਪਹਿਲਾਂ ਤਿਆਰ ਕਰਾਂਗੇ। ਆਹ ਤਵੇ 'ਤੇ ਆਪਾਂ ਗੈਸ ਬਾਲਿਆ ਜੀ, ਦੇਖੋ ਇੱਥੇ ਪਾ ਦੇਣਾ ਜੀ ਆਪਾਂ ਮੱਖਣ। ਲਓ ਜੀ, ਪਾਤਾ ਨਾ ਮੱਖਣ ਜੀ, ਆ ਗਿਆ ਜੀ ਮੱਖਣ, ਅਤੇ ਗੈਸ ਥੋੜ੍ਹਾ ਜਿਹਾ ਘੱਟ ਕਰ ਦੇਣਾ ਜੀ ਆਪਾਂ। ਅਤੇ ਆਹ ਲਓ ਜੀ, ਆਹ ਲਏ ਆਪਾਂ ਆਲੂ, ਆਪਾਂ ਨੂੰ ਪਤਾ ਵੀ ਇੰਨੇ ਕੁ ਜਿਹੜੇ 2 ਕੁਲਚਿਆਂ 'ਚ ਪੈ ਜਾਣਗੇ। ਲਓ ਜੀ, ਅਤੇ ਆਪਾਂ 2 ਕੁਲਚਿਆਂ ਜੋਗੇ ਆਲੂ ਵਿੱਚ ਪਾ ਕੇ ਇੱਥੇ ਇਹਨੂੰ ਤਵੇ 'ਤੇ ਇੱਕ ਵਾਰੀ ਤੜਕਾ ਲਾ ਲੈਣਾ ਜੀ। ਯਾਦ ਰਹੇ ਜੀ ਗੈਸ ਜਿਹੜਾ ਉਹ ਘੱਟ ਰੱਖਣਾ ਆਪਾਂ ਜੀ। ਆਹ ਦੇਖੋ ਇਸ ਤਰ੍ਹਾਂ ਕਰਕੇ ਇਹਨੂੰ ਮਾੜਾ ਜਿਹਾ ਬਸ 2 ਕੁ ਮਿੰਟ ਵਾਸਤੇ ਸੇਕ ਲਵਾਉਣਾ, ਜ਼ਿਆਦਾ ਨਹੀਂ ਜੀ। ਮੇਰਾ ਗੈਸ ਥੋੜ੍ਹਾ ਤੇਜ਼ ਸੀ, ਥੱਲੇ ਲੱਗਣੇ ਸ਼ੁਰੂ ਹੋ ਗਏ, ਪਰ ਗੈਸ ਘੱਟ ਰੱਖਣਾ ਮੈਂ। ਲਓ ਜੀ ਫਿਲਿੰਗ ਹੋ ਗਈ ਜੀ ਤਿਆਰ ਆਪਣੀ, ਅਤੇ ਐਵੇਂ ਕਰਕੇ ਕੁਲਚੇ ਦੇ ਵਿੱਚ ਆਪਾਂ ਪਾ ਦੇਣਾ ਜੀ ਆਹ ਲਓ, ਐਂ ਕਰਕੇ ਪੂਰਾ ਵਿੱਚ ਅੰਦਰ ਤੱਕ ਗੈਜ ਲੈਣਾ ਜੀ। ਆਹ ਲਓ ਥੋੜ੍ਹਾ ਜਿਹਾ ਹੋਰ ਪਾ ਦਿੰਦੇ ਹਾਂ ਜੀ, ਜਿੰਨੇ ਜ਼ਿਆਦਾ ਆਲੂ ਹੋਣਗੇ ਵੈਸੇ ਟੇਸਟ ਉਨਾ ਜ਼ਿਆਦਾ ਵਧੀਆ ਹੁੰਦਾ ਜੀ। ਆਹ ਲਓ ਜੀ ਸਿਰੇ ਤੱਕ ਆਪਾਂ ਲਾ ਦੇਣਾ, ਚੈੱਕ ਕਰੋ। ਹੁਣ ਇਹਦੇ ਵਿੱਚ ਆਪਾਂ ਮੱਖਣ ਵਗੈਰਾ ਐਡ ਕਰ ਸਕਦੇ ਹਾਂ, ਪਨੀਰ ਪਾ ਸਕਦੇ ਹਾਂ, ਹਰੀਆਂ ਮਿਰਚਾਂ ਪਾਉਣੀਆਂ ਨੇ, ਉਹ ਵੀ ਤੁਹਾਨੂੰ ਵਿਖਾਉਂਦਾ ਜੀ ਮੈਂ। ਪਹਿਲਾਂ ਆਪਾਂ 2 ਕੁਲਚੇ ਰੈਡੀ ਕਰਦੇ ਹਾਂ ਜੀ, ਇਹ ਭਰਤਾ, ਹੁਣ ਦੂਜਾ ਭਰਦੇ ਹਾਂ। ਹੁਣ ਆਪਾਂ ਇਹਦੇ ਵਿੱਚ ਥੋੜ੍ਹੇ ਜਿਹੇ ਕੱਚੇ ਪਿਆਜ਼ ਵੀ ਐਡ ਕਰਾਂਗੇ ਜੀ। ਆ ਲਓ ਜੀ ਥੋੜ੍ਹਾ ਜਿਹਾ ਕੱਚਾ ਪਿਆਜ਼ ਲਾ ਤਾ ਜੀ, ਅਤੇ ਪਨੀਰ ਵੇਖੋ ਜੀ ਪਨੀਰ ਪਾਉਣ ਲੱਗਿਆ, ਭਾਵੇਂ ਮੈਸ਼ ਕਰ ਲਿਆ ਸੀ ਪਨੀਰ, ਵਿੱਚ ਪਨੀਰ ਲਾ ਦਾਂਗੇ, ਪਨੀਰ ਦਾ ਟੇਸਟ ਤਾਂ ਆਊਗਾ ਜੀ। ਅਤੇ ਪਨੀਰ ਨੂੰ ਨਹੀਂ ਪਹਿਲਾਂ ਨਾਲ ਆਲੂਆਂ ਦੇ ਵਿੱਚ ਐਡ ਕਰਨਾ, ਆਪਾਂ ਬਾਅਦ 'ਚ ਐਡ ਕਰਨਾ। ਆ ਲਓ ਜੀ ਪਨੀਰ ਆ ਗਿਆ ਜੀ, ਪਨੀਰ ਵਾਵਾ ਲਾਤਾ, ਜਿੰਨਾ ਪਨੀਰ ਪਾਵਾਂਗੇ ਉਨਾ ਜ਼ਿਆਦਾ ਟੇਸਟ ਬਣੂਗਾ ਜੀ। ਆ ਲਓ ਜੀ ਹੁਣ ਆਪਾਂ ਇਹਨੂੰ ਤਵੇ 'ਤੇ ਰੱਖ ਦੇਣਾ ਜੀ, ਥੋੜ੍ਹਾ ਜਿਹਾ ਪਾਵਾਂਗੇ ਮੱਖਣ ਜੀ ਤਵੇ 'ਤੇ ਪਹਿਲਾਂ ਵਾਂਗੂ। ਆ ਵੇਖੋ ਜੀ ਅਤੇ ਮੱਖਣ ਹੋ ਗਿਆ ਜੀ ਮੈਲਟ, ਨਾਲੇ ਰੱਖ ਦਾਂਗੇ ਜੀ, ਜਿੰਨਾ ਮੱਖਣ ਲਾਈ ਜਾਵਾਂਗੇ ਉਨਾ ਜ਼ਿਆਦਾ ਰੈਡੀ ਜਾਊਗਾ ਜੀ। ਇਹ ਕੁਲਚੇ ਜਿਹੜੇ ਆਪਾਂ ਬਣਾਉਣ ਲੱਗੇ ਨੇ, ਇਹ ਥੋੜ੍ਹੇ ਰੜੇ ਹੋਏ ਸਵਾਦ ਲੱਗਦੇ ਆ, ਮਤਲਬ ਕਹਿੰਦੇ ਕ੍ਰਿਸਪੀ ਲਾਲ ਜੇ ਕਰਕੇ, ਅਤੇ ਆਪਾਂ ਮੱਖਣ ਦੋਵੇਂ ਪਾਸੇ ਲਾਤਾ ਜੀ, ਅਤੇ ਹੁਣ ਇਹਨੂੰ ਆਪਾਂ ਪਾਸਾ ਇਹਦਾ ਬਦਲਦੇ ਹਾਂ। ਹਲੋ ਜੀ ਐਵੇਂ ਕਰਕੇ ਬਦਲ ਦੇਣਾ ਜੀ ਪਾਸਾ ਇਹਦਾ ਆਪਾਂ, ਦੇ ਵੇਖੋ ਜੀ ਘਰੇ ਬਣਾਉਣ ਨੂੰ ਲਈਦਾ ਇਹੋ ਜਿਹੀਆਂ ਚੀਜ਼ਾਂ ਸਾਰੀਆਂ, ਅਤੇ ਐਵੇਂ ਤਿਆਰ ਹੋ ਰਹੇ ਨੇ।
ਪੂਰਾ ਰਾੜ ਲੈਣਾ ਜੀ ਇਹਨੂੰ। ਅਜੇ ਬੰਦ ਨਾ ਕਰਿਓ ਵੀਡੀਓ, ਐਂਡ ਤੱਕ ਦੇਖਿਓ ਜੀ। ਆਪਾਂ ਇਹਦੇ ਵਿੱਚ ਜੇ ਹੋਰ ਕੁਛ ਪਾਉਣਾ, ਇੱਕ ਚੀਜ਼ ਰਹਿ ਗਈ ਹੈ ਜੀ, ਫਿਰ ਇਹ ਮਤਲਬ ਉਹ ਲਾਸਟ ਸਟੈਪ ਆ, ਫਿਰ ਸਮਝੋ ਰੈਡੀ ਨੇ ਜੀ। ਅਤੇ ਹੁਣ ਆਪਾਂ ਇਹਨਾਂ ਨੂੰ ਰਾੜਦੇ ਪਏ ਹਾਂ, ਫਲੇਮ ਆਪਾਂ ਫੁੱਲ ਕਰ ਲਿਆ ਗੈਸ ਵੱਲੋਂ ਜੀ। ਰੈਡੀ ਹੋ ਗਏ ਨੇ ਆਪਣੇ ਕੁਲਚੇ, ਅਤੇ ਗੈਸ ਆਪਾਂ ਕਰ ਦਿੰਦੇ ਹਾਂ ਘੱਟ, ਅਤੇ ਇਹਨਾਂ ਨੂੰ ਫਿਰ ਤਾਰ ਕੇ ਜਿਹੜਾ ਲਾਸਟ ਸਟੈਪ ਕੀ ਕਰਨਾ ਉਹ ਵੀ ਤੁਹਾਨੂੰ ਵਿਖਾਉਂਦਾ ਜੀ। ਲਾਸਟ ਸਟੈਪ ਇਹਦਾ ਇਹ ਆ ਵੀ ਆਹ ਕੁਲਚਾ ਆਪਾਂ ਇਤਨਾ ਫੜ ਲੈਣਾ ਜੀ ਨੈਪਕਿਨ ਦੀ ਸਹਾਇਤਾ ਨਾਲ, ਅਤੇ ਆ ਲਓ ਜੀ ਇਹਦੇ ਵਿੱਚ ਆਪਾਂ ਪਾਉਣਾ ਹੈਗਾ ਜੀ ਹੁਣ ਥੋੜ੍ਹਾ ਜਿਹਾ ਮੱਖਣ। ਮੱਖਣ ਆਪਾਂ ਪਾਵਾਂਗੇ ਆਹ ਚਮਚੇ ਦੀ ਡੰਡੀ ਨਾਲ, ਸੋ ਇਹਦੇ 'ਚ ਜਿਹੜਾ ਤਾਂ ਜੋ ਸਪਰੈਡ ਹੋ ਸਕੇ ਸਾਰਾ ਫੈਲ ਜਾ। ਲਓ ਜੀ ਵਿੱਚ ਮੱਖਣ ਲਾ ਦੇਣਾ, ਮੱਖਣ ਨਾਲ ਜਿਹਨਾਂ ਮੈਲਟ ਹੋ ਜਾਂਦਾ ਜੀ। ਆ ਲਓ ਜੀ ਇਹਨਾਂ ਹੋਰ ਟੇਸਟੀ ਹੋ ਜਾਂਦਾ ਜੀ, ਕੁਲਚਾ ਰੈਡੀ ਹੈ ਜੀ। ਜੇ ਕਿਸੇ ਨੇ ਮਿਰਚ ਪਾਉਣੀ ਹੈ ਤਾਂ ਮਿਰਚ ਪਾ ਸਕਦਾ ਜੀ, ਪਿਆਜ਼ ਐਕਸਟਰਾ ਪਾਉਣਾ ਤਾਂ ਉਹ ਪਾ ਸਕਦਾ ਜੀ। ਇਹ ਹੈਗਾ ਰੈਡੀ, ਅਤੇ ਇਸ ਤੋਂ ਬਾਅਦ ਇਹ 'ਚ ਪਾ ਸਕਦੇ ਆਪਾਂ ਸੌਸ, ਉਹ ਵੀ ਆਪਸ਼ਨਲ ਆ, ਜਿਹਨੇ ਪਾਉਣੀ ਪਾ ਲਵੇ, ਨਹੀਂ ਪਾਉਣੀ ਤਾਂ ਵੈਸੇ ਸੌਸ ਤੋਂ ਵਧੀਆ ਵੀ ਵਧੀਆ ਲੱਗਦੇ, ਕਿਉਂਕਿ ਇਮਲੀ ਆਪਾਂ ਵਿੱਚ ਪਾ ਦਿੱਤੀ ਹੈ ਜੀ। ਅਤੇ ਆਪਾਂ ਇੱਕ ਵਾਰੀ ਟੇਸਟ ਵੀ ਕਰਕੇ ਦੇਖੀਏ ਜੀ। ਸੇਮ ਟੇਸਟ ਜਿਹੜਾ ਬਾਜ਼ਾਰ ਨੂੰ ਖਾਈਦਾ, ਮੈਂ ਆਪਣੇ ਮੂੰਹ ਆਪਣੀ ਤਾਰੀਫ ਨਹੀਂ ਕਰਦਾ, ਵੈਸੇ ਪਹਿਲਾਂ ਕਈ ਵਾਰੀ ਟਰਾਈ ਕੀਤੇ ਨੇ ਅਤੇ ਵਧੀਆ ਹੁੰਦੇ ਨੇ, ਹੁਣ ਅੱਜ ਵੀ ਸੇਮ ਉਵੇਂ ਟੇਸਟ ਬਣਿਆ ਜੀ। ਸੋ ਇਹ ਆਪਾਂ ਤਰੀਕਾ ਤੁਹਾਨੂੰ ਦੱਸਤਾ ਜੀ ਐਵੇਂ ਬਣਾਉਣੇ ਨੇ, ਅਤੇ ਬਾਕੀ ਜਿਹੜੇ ਰਹਿ ਗਏ ਨੇ ਹੁਣ ਉਹ ਵੀ ਤਿਆਰ ਕਰਦੇ ਹਾਂ ਜੀ ਆਪਾਂ। ਅੱਛਾ ਮਹਿਰੀਨ ਕਿਵੇਂ ਲੱਗੇ ਕੁਲਚੇ ਪੁੱਤ? ਬਹੁਤ ਸਵਾਦ, ਉੱਚੀ ਕੈਂਟ, ਤੈਨੂੰ ਫਤਿਹ ਹੈ। ਅੱਛਾ ਸਵੇਰ ਦਾ ਮਗਰ ਪੈਸੇ ਅੰਮ੍ਰਿਤ, ਤੁਹਾਨੂੰ ਕਿਵੇਂ ਲੱਗੇ? ਅੱਛਾ ਖਾਧਾ ਵੀ ਹੈਗਾ ਨਹੀਂ ਖਾਧਾ? ਕਿੰਨੀਆਂ ਮੁਰਗੀਆਂ? ਇੱਕ ਇੰਨੀਆਂ, ਠੀਕ ਹੈ ਜੀ। ਸੋ ਇਹਨਾਂ ਨੂੰ ਵੀ ਵਧੀਆ ਲੱਗੇ ਨੇ ਜੀ। ਹਾਂਜੀ ਦੋਸਤੋ, ਆਪਾਂ ਅੱਜ ਤੁਹਾਨੂੰ ਵਿਖਾਇਆ ਮਤਲਬ ਜਿਹੜਾ ਪਟਿਆਲੇ ਦਾ ਕੁਲਚਾ, ਪਟਿਆਲੇ ਵਾਲੇ ਪਾਸੇ ਸਾਡੇ ਏਰੀਏ ਜਦ ਜ਼ਿਆਦਾ ਫੇਮਸ ਆ, ਉਹਦੀ ਰੈਸਪੀ ਦੱਸੀ ਹੈ ਤੁਹਾਨੂੰ। ਮੇਰੀ ਆਦਤ ਆ, ਮੈਂ ਇਹੋ ਜਿਹੇ ਵਲੋਗ ਤਾਂ ਬਣਾਉਂਦਾ, ਮੈਨੂੰ ਮਤਲਬ ਸ਼ੌਕੀਨ ਆ ਮੈਂ ਘਰੇ ਆ ਫੂਡ ਜਿਹੜਾ ਵੀ ਆ ਅਲੱਗ ਅਲੱਗ ਫਾਸਟ ਫੂਡ ਆ ਜਾਂ ਕੁਛ ਵੀ ਬਣਾਉਣਾ ਉਹ ਬਣਾ ਕੇ ਫਿਰ ਆਪ ਖਾਣਾ, ਮੈਨੂੰ ਸ਼ੌਂਕ ਜੀ ਚੀਜ਼ਾਂ ਦਾ। ਸੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੋਗ ਜੀ, ਨਾਲੇ ਸਾਰੀ ਰੈਸਪੀ ਤੁਸੀਂ ਨੋਟ ਕਰ ਲਿਓ, ਤੁਸੀਂ ਵੀ ਘਰੇ ਬਣਾ ਸਕਦੇ ਹੋ, ਅਤੇ ਆਪਣੇ ਚੈਨਲ ਨਾਲ ਇਸ ਤਰ੍ਹਾਂ ਜੁੜੇ ਰਹੋ, ਵਧੀਆ ਵਧੀਆ ਵਲੋਗ ਫੂਡ ਦੇ, ਐਗਰੀਕਲਚਰ ਦੇ, ਟਰੈਵਲਿੰਗ ਦੇ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗਾ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਅਤੇ ਹੌਸਲਾ ਅਫਜ਼ਾਈ ਮਿਲਦੀ ਇਹਨਾਂ, ਅਤੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਅਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੋਗ ਜੀ। ਥੈਂਕ ਯੂ ਜੀ।